ਤਾਬੀ ਇਨ ਪੰਜਾਬੀ 'ਚ ਅੱਜ ਉਹ ਸ਼ਖਸੀਅਤ ਮੇਰੇ ਨਾਲ ਮੌਜੂਦ ਨੇ ਕਿ ਜਿਹਨਾਂ ਦੀ ਵਜ੍ਹਾ ਤੋਂ ਤਾਬੀ ਲੀਕਸ ਦੇ ਸਾਰੇ ਨਜ਼ਾਰੇ ਤੁਸੀਂ ਵੇਖਦੇ ਹੋ, ਪਹਿਲੇ ਦਿਨ ਤੋਂ ਸਪੋਰਟ ਕਰ ਰਹੇ ਨੇ, ਔਰ ਸਿਰਫ ਤਾਬੀ ਲੀਕਸ ਨੂੰ ਸਪੋਰਟ ਨਹੀਂ ਕਰ ਰਹੇ, PSL ਵਿੱਚ ਤਾਂ ਬਹੁਤ ਸਾਰੇ ਲੋਕ ਸਪੋਂਸਰ ਵਾਸਤੇ ਲੈਣਾ ਲੱਗ ਜਾਂਦੀਆਂ ਨੇ। ਜਦੋਂ ਡੋਮੈਸਟਿਕ ਦੀ ਵਾਰੀ ਆਉਂਦੀ ਹੈ ਤਾਂ ਫਿਰ ਇੱਕੋ ਹੀ ਬੰਦਾ ਖੜ੍ਹਾ ਹੁੰਦਾ ਹੈ, ਔਰ ਉਹਨਾਂ ਦਾ ਨਾਂ ਹੈ ਖਵਾਜਾ ਆਤਿਫ ਸਿੱਕਾ, ਬ੍ਰਾਈਟੋ ਪੇਂਟਸ ਦੇ ਡਾਇਰੈਕਟਰ ਮਾਰਕੀਟਿੰਗ। ਉਹਨਾਂ ਨਾਲ ਗੁਫ਼ਤਗੂ ਕਰਨੇ ਆ ਹਜ ਸਾਹਿਬ, PSL ਦੀ ਵੀ ਸਮਝ ਆਉਂਦੀ ਹੈ, ਕੋਈ ਹੋਰ ਮੈਗਾ ਇਵੈਂਟ ਹੋਵੇ ਉਹਦੀ ਵੀ ਸਮਝ ਆਉਂਦੀ ਹੈ, ਡੋਮੈਸਟਿਕ 'ਚ ਤੁਸੀਂ ਉਹਦਾ ਨਾਂ ਕੀ ਹੈ ਜਿਹੜਾ ਸਪੋਂਸਰ ਕਰਦੇ ਹੋ, ਜਿੱਥੇ ਪੰਜ ਬੰਦੇ ਵੀ ਨਹੀਂ ਹੁੰਦੇ ਵੇਖਣ ਵਾਲੇ, ਉੱਥੇ ਤੁਹਾਡਾ ਕੀ ਜਜ਼ਬਾ ਹੁੰਦਾ? ਬਿਲਕੁਲ ਜੀ, ਆਪਨੇ ਬਿਲਕੁਲ ਸਹੀ ਫਰਮਾਇਆ ਹੈ ਕਿ ਜਿਹੜਾ ਨਾ ਅਸੀਂ ਬੇਸਿਕਲੀ ਸਾਡਾ ਇਹ ਪੈਸ਼ਨ ਹੈ, ਜਿਸ ਤਰ੍ਹਾਂ ਮੈਂ ਹੁਣੇ ਥੋੜ੍ਹੀ ਦੇਰ ਪਹਿਲੇ ਵੀ ਕਿਹਾ ਹੈ ਕਿ ਇਹ ਸਾਡਾ ਪੈਸ਼ਨ ਹੈ, ਅਤੇ ਪੈਸ਼ਨ ਵਾਸਤੇ ਇਨਸਾਨ ਜਿਹੜਾ ਇਹ ਨਹੀਂ ਵੇਖਦਾ ਕਿ ਦੋ ਤਿੰਨ ਲੋਕ ਆਉਣ ਜਾਂ ਕੋਈ ਨਾ ਵੀ ਹੋਏ, ਬੇਸਿਕਲੀ ਪੈਸ਼ਨ ਨੂੰ ਜ਼ਿੰਦਾ ਰੱਖਿਆ ਜਾਂਦਾ ਹੈ। ਅਤੇ ਅਸੀਂ ਇਹ ਨਹੀਂ ਚਾਹੁੰਦੇ ਕਿ ਸਾਡੇ ਜਿਨ੍ਹਾਂ ਦੇ ਲੋਕਾਂ ਦੇ ਵਿੱਚ ਪੈਸ਼ਨ ਹੈਗਾ, ਜਿਹੜਾ ਇਹਨਾਂ ਦਾ ਖੁਆਬ ਹੈਗਾ, ਅਤੇ ਉਹ ਚਿਕਨਾ ਚੂਰ ਹੋਣ, ਅਸੀਂ ਇਹਨਾਂ ਮੁੰਡਿਆਂ ਨੂੰ ਸਪੋਰਟ ਕਰਦੇ ਰਹੀਏ ਔਰ ਇਹ ਜਿਹੜਾ ਪਾਕਿਸਤਾਨ ਦਾ ਨਾਂ ਰੋਸ਼ਨ ਕਰਦੇ ਰਹੇ। ਅਤੇ 8 ਮੈਚਸ ਜਿਹੜੇ ਨੇ ਉਹ ਇਸ ਦਫ਼ਾ ਪਾਕਿਸਤਾਨ ਦੇ ਵਿੱਚ ਹੋ ਰਹੇ ਨੇ, ਸਪੋਂਸਰਸ ਇਸ ਨੂੰ ਕਿਸ ਨਜ਼ਰ ਨਾਲ ਵੇਖ ਰਹੇ ਨੇ? ਬਿਲਕੁਲ ਜੀ, ਇਹ ਬਹੁਤ ਖੁਸ਼ਾਇੰਦ ਬਾਤ ਹੈਗੀ ਹੈ ਕਿ ਜਿਹੜਾ ਹੈ ਕਿ ਇਹ ਪਾਕਿਸਤਾਨ ਦੇ ਵਿੱਚ ਹੋ ਰਿਹਾ, ਔਰ ਜਿਸ ਤਰ੍ਹਾਂ ਗੌਰਮੈਂਟ ਨੇ ਕਿਹਾ ਅਗਲੇ ਸਾਲ ਜਿਹੜਾ ਪੂਰਾ PSL ਪਾਕਿਸਤਾਨ ਕਰਾਉਣ ਦਾ ਉਹਨਾਂ ਨੇ ਇਰਾਦਾ ਕੀਤਾ, ਪੁਖਤਾ ਇਰਾਦਾ ਕੀਤਾ, ਅਤੇ ਇਨਸ਼ਾਅੱਲਾ ਇਹਦੇ ਨਾਲ ਜਿਹੜਾ ਸਾਡੇ ਨਾਲ ਬਿਹਤਰੀ ਆਏਗੀ, ਪਾਕਿਸਤਾਨ ਦੀ ਆਵਾਮ ਨੂੰ ਖੁਸ਼ੀਆਂ ਮਿਲਣਗੀਆਂ, ਪਾਕਿਸਤਾਨ ਦੀ ਆਵਾਮ ਨੂੰ ਬਸ ਖੁਸ਼ੀ ਮਿਲੇ ਅਤੇ ਸਾਡੇ ਦਿਲ ਨੂੰ ਵੀ ਸਕੂਨ ਹੈ ਅਤੇ ਸਾਰੇ ਪਾਕਿਸਤਾਨ ਨੂੰ ਵੀ ਸਕੂਨ। ਅਤੇ ਦੁਬਈ, UAE, ਲਾਹੌਰ, ਕਰਾਚੀ, ਬ੍ਰਾਈਟੋ, ਐਸਫਾ ਕੀ ਰੰਗ ਖਿਲਾਰਨ ਜਾ ਰਿਹਾ? ਦੇਖੋ ਜੀ, ਇਹ ਤੁਹਾਨੂੰ ਇਨਸ਼ਾਅੱਲਾ ਥੋੜ੍ਹੇ ਦਿਨਾਂ 'ਚ ਨਜ਼ਰ ਆਏਗਾ ਇੱਕ ਨਏ ਤਰਸ 'ਤੇ ਜਿਹੜਾ ਨਾ ਬ੍ਰਾਈਟੋ PSL 4 ਵਿੱਚ ਜਿਹੜਾ ਨਵੇਂ ਰੰਗਾਂ ਨਾਲ ਆਏਗਾ, ਜਿਸ ਤਰ੍ਹਾਂ ਅਸੀਂ ਕਿਹਾ ਕਿ ਜਿਹੜਾ ਕ੍ਰਿਕਟ ਦੇ ਰੰਗ ਜਿਹੜੇ ਹੈਗੇ ਨੇ ਉਹ ਬ੍ਰਾਈਟੋ ਦੇ ਸੰਗ ਹਨ, ਅਤੇ ਇਨਸ਼ਾਅੱਲਾ ਅਸੀਂ ਉਹਨੂੰ ਤੁਹਾਨੂੰ ਸਾਬਤ ਕਰਾਂਗੇ ਇਨਸ਼ਾਅੱਲਾ। ਥੋੜ੍ਹਾ ਜਿਹਾ ਦੱਸੋ ਨਾ ਤਾਂ ਕਿ ਕੋਈ ਤਾਬੀ ਲੀਕਸ 'ਤੇ ਵੀ ਕੋਈ ਲੀਕ ਕਰੋ। ਬਸ ਉਹ ਤੁਹਾਨੂੰ ਥੋੜ੍ਹੇ ਦਿਨਾਂ 'ਚ ਖੁਦ ਬ ਖੁਦ ਹੀ ਪਤਾ ਲੱਗ ਜਾਏਗਾ ਕਿ ਕੀ ਹੋਣ ਲੱਗਿਆ ਅਤੇ ਬ੍ਰਾਈਟੋ ਕੀ ਕਰਨ ਲੱਗੀ। ਲੱਗਦਾ ਕੁਝ ਵੱਡਾ ਹੀ ਖੜਾ ਕਰ ਲੋਗੇ ਹੋ? ਇਨਸ਼ਾਅੱਲਾ, ਤੁਸੀਂ ਵੇਖੋ ਤੁਹਾਡੇ ਭਾਈਆਂ ਦੀ ਦੁਆ ਹੋਈ ਤੇ ਇਨਸ਼ਾਅੱਲਾ ਬਿਹਤਰ ਹੀ ਹੋਏਗਾ। ਅਸੀਂ ਜੋ ਕੁਝ ਕਰਾਂਗੇ ਆਪਣੀ ਆਵਾਮ ਵਾਸਤੇ ਹੀ ਕਰਾਂਗੇ, ਕਿਉਂਕਿ ਇਹ ਹੈਗੇ ਤੇ ਅਸੀਂ ਹੈਗੇ ਹਾਂ, ਤੇ ਸਾਡੇ ਵਾਸਤੇ ਜੀਣਾ ਮਰਨਾ ਹੈ ਸਾਡੀ ਧਰਤੀ ਹੈਗੀ, ਤੇ ਤੁਸੀਂ ਹੈਗੇ ਹੋ ਤੇ ਤਾਬੀ ਲੀਕਸ ਹੈਗੀ। ਥੈਂਕ ਯੂ ਵੈਰੀ ਮਚ ਖਵਾਜਾ ਸਾਹਿਬ, ਐਹਸਾਨ ਜੀ, ਖਵਾਜਾ ਆਤਿਫ ਸਿੱਕਾ ਸਾਹਿਬ ਪੈਸ਼ਨੇਟ ਆਦਮੀ ਨੇ, ਡੈਡੀਕੇਟਡ ਆਦਮੀ ਨੇ, ਔਰ ਮੈਨੂੰ ਕਈ ਦਫ਼ਾ ਸਮਝ ਨਹੀਂ ਆਉਂਦੀ ਕਿ ਇੰਨਾ ਪੈਸ਼ਨ, ਇੰਨਾ ਡੈਡੀਕੇਸ਼ਨ ਵੀ ਨਹੀਂ ਹੋਣਾ ਚਾਹੀਦਾ। ਅਫਤਾਬ ਅਹਿਮਦ ਤਾਬੀ ਨੂੰ ਦਿਓ ਇਜਾਜ਼ਤ, ਅੱਲਾਹ ਹਾਫਿਜ਼।